ਲੋਕ ਸਭਾ ਚੋਣ 2024 ਦੀ ਹੋ ਚੁੱਕੀ ਹੈ, ਨਤੀਜੇ ਸਾਹਮਣੇ ਆ ਚੁੱਕੇ ਨੇ ਅਤੇ NDA ਦੀ ਸਰਕਾਰ ਦੇਸ਼ ਦੇ ਵਿੱਚ ਦੁਬਾਰਾ ਫਿਰ ਤੀਜੀ ਵਾਰ ਬਣਨ ਜਾ ਰਹੀ ਹੈ ਅਤੇ ਇਸਦੇ ਵਿੱਚ ਚੱਲਦੇ ਚੰਦਰ ਬਾਬੂ ਨਾਇਡੂ ਯਾਨੀ ਕਿ TDP ਅਤੇ JDU ਨਿਤੀਸ਼ ਕੁਮਾਰ ਦਾ ਸਮਰਥਨ ਮਿਲਣ ਤੋਂ ਬਾਅਦ NDA ਆਪਣੀ ਸਰਕਾਰ ਲਗਭਗ ਪੂਰੇ ਢੰਗ ਨਾਲ ਹੁਣ ਬਣਾ ਰਹੀ ਹੈ ਦੇ ਜਦਕਿ ਰਾਸ਼ਟਰਪਤੀ ਮੁਰਮੂ ਦੇ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਅਤੇ ਅੱਜ ਕੱਲ੍ਹ ਸ਼ਾਮ 7:15 ਵਜੇ ਦੇ ਕਰੀਬ ਇਹ ਸਮਾਗਮ ਜਿਹੜਾ ਉਹ ਕੀਤਾ ਜਾਵੇਗਾ ਜਿਸ ਦੇ ਵਿੱਚ ਉਹ ਵੀ ਸਹੁੰ ਚੁੱਕ ਲੈਣਗੇ ਅਤੇ ਇਸ ਦੇ ਨਾਲ ਨਾਲ ਲੋਕ ਸਭਾ ਚੋਣਾਂ ਤੋਂ ਬਾਅਦ NDA ਸਰਕਾਰ ਦੇ ਵਿੱਚ ਕਿੰਗ ਬੇਕਰ ਦੀ ਭੂਮਿਕਾ ਨਿਭਾਉਣ ਵਾਲੇ ਚੰਦਰ ਬਾਬੂ ਨਾਇਡੂ ਵੀ ਸ਼ੇਅਰ ਬਾਜ਼ਾਰ ਨੂੰ ਲੈ ਕੇ ਸੁਰਖੀਆਂ ਵਿੱਚ ਨੇ। ਦਰਅਸਲ 4 ਜੂਨ ਨੂੰ ਲੋਕ ਸਭਾ ਦੇ ਨਤੀਜੇ ਆਉਣ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ। ਇਸ ਦੇ ਬਾਵਜੂਦ ਉਹਦੇ ਪਰਿਵਾਰ ਨੂੰ ਕਾਫੀ ਫਾਇਦਾ ਹੋਇਆ ਅਤੇ ਚੰਦਰ ਬਾਬੂ ਨਾਇਡੂ ਦੁਆਰਾ ਸਥਾਪਿਤ ਕੀਤੀ ਗਈ ਕੰਪਨੀ ਨੇ ਲੋਕ ਸਭਾ ਅਤੇ ਆਂਧਰਾ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ TDP ਦੇ ਵਧੀਆ ਪ੍ਰਦਰਸ਼ਨ ਤੋਂ ਬਾਅਦ ਮਹੱਤਵਪੂਰਨ ਲਾਭ ਪ੍ਰਾਪਤ ਕੀਤਾ। ਪਿਛਲੇ 5 ਦਿਨਾਂ ਦੇ ਵਿੱਚ ਹੈਰੀਟੇਜ ਫੂਡ ਦੇ ਸ਼ੇਅਰਾਂ ਦੇ ਵਿੱਚ 55% ਦਾ ਵਾਧਾ ਹੋਇਆ ਜਿਸ ਨਾਲ ਨਾਇਡੂ ਦੀ ਪਤਨੀ ਨਾਰਾ ਭੁਵਨੇਸ਼ਵਰੀ ਜੋ ਕਿ ਕੰਪਨੀ ਦੇ ਵਿੱਚ ਪ੍ਰਮੋਟਰ ਹੈ ਉਹਦੇ ਲਈ 579 ਕਰੋੜ ਰੁਪਏ ਦਾ ਉਹਦੇ ਵਿੱਚ ਵਾਧਾ ਹੋ ਗਿਆ। ਚੋਣ ਨਤੀਜਿਆਂ ਦੇ ਐਲਾਨ ਤੋਂ ਕੁਝ ਘੰਟੇ ਪਹਿਲਾਂ 3 ਜੂਨ ਸਟਾਕ 424 ਰੁਪਏ ਉੱਤੇ ਵਪਾਰ ਕਰ ਰਿਹਾ ਸੀ ਅਤੇ ਅੱਜ ਹੈਰੀਟੇਜ ਫੂਡ ਦਾ ਸ਼ੇਅਰ 661.25 ਰੁਪਏ ਹੈ। ਚੰਦਰ ਬਾਬੂ ਨਾਇਡੂ ਨੇ 1992 ਦੇ ਵਿੱਚ ਹੈਰੀਟੇਜ ਫੂਡ ਦੀ ਸਥਾਪਨਾ ਕੀਤੀ ਸੀ ਅਤੇ ਕੰਪਨੀ ਦੀ ਵੈਬਸਾਈਟ ਇਸ ਨੂੰ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਜਨਤਕ ਸੂਚੀਬੱਧ ਕੰਪਨੀਆਂ ਵਿੱਚੋਂ ਇੱਕ ਵਜੋਂ ਦਰਸਾਉਂਦੀ ਹੈ। ਉਹਨਾਂ ਦੇ 2 ਕਾਰੋਬਾਰੀ ਵਿਭਾਗ ਨੇ ਡੈਰੀ ਅਤੇ ਨਵਿਆਉਣ ਯੋਗ ਊਰਜਾ। ਵਰਤਮਾਨ ਵਿੱਚ ਹੈਰੀਟੇਜ ਦੁੱਧ ਅਤੇ ਦੁੱਧ ਉਤਪਾਦਾਂ ਦੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ, ਤਾਮਿਲਨਾਡੂ, ਮਹਾਰਾਸ਼ਟਰ, ਉੜੀਸਾ, NCR, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਮਾਰਕੀਟ ਜਿਹੜੀ ਆ ਉਹਦੀ ਮੌਜੂਦ ਹੈ। ਅਤੇ ਹੁਣ ਜੇ ਅੰਕੜਿਆਂ ਦੀ ਗੱਲ ਕਰੀਏ BSE ਦੇ ਅੰਕੜਿਆਂ ਦੇ ਅਨੁਸਾਰ ਨਾਰਾ ਭੁਵਨੇਸ਼ਵਰੀ ਕੰਪਨੀ ਦੀ 34 ਦੀ ਸ਼ੇਅਰ ਧਾਰਕ ਹੈ ਅਤੇ ਉਹਨਾਂ ਦੇ ਕੋਲ 2,26,11,525 ਸ਼ੇਅਰ ਨੇ ਅਤੇ ਚੰਦਰ ਬਾਬੂ ਨਾਇਡੂ ਦੇ ਪੁੱਤਰ ਨਾਰਾ ਲੋਕੇਸ਼ ਕੋਲ ਵੀ ਹੈਰੀਟੇਜ ਫੂਡਸ ਦੇ 1,37,453 ਸ਼ੇਅਰ ਨੇ ਅਤੇ ਸਟਾਕ ਵਧਾਉਣ ਤੋਂ ਬਾਅਦ ਲੋਕੇਸ਼ ਦੀ ਨੈੱਟਵਰਥ ਦੇ ਵਿੱਚ ਵੀ 237.8 ਕਰੋੜ ਰੁਪਏ ਦਾ ਵਾਧਾ ਹੋ ਗਿਆ। 4 ਜੂਨ ਨੂੰ ਲੋਕ ਸਭਾ ਚੋਣ ਨਤੀਜੇ ਐਲਾਨੇ ਜਾਣ ਤੋਂ ਤੁਰੰਤ ਬਾਅਦ ਤੇਜ਼ੀ ਨਾਲ ਵਾਧਾ ਸ਼ੁਰੂ ਹੋ ਗਿਆ ਅਤੇ TDP ਨੇ ਚੋਣ ਲੜੀ 17 ਵਿੱਚੋਂ 16 ਸੀਟਾਂ ਜਿੱਤੀਆਂ ਅਤੇ NDA ਨੂੰ ਚੋਣਾਂ ਜਿੱਤਣ ਦੇ ਵਿੱਚ ਮਦਦ ਕਰਨ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਹੈ। 543 ਮੈਂਬਰੀ ਲੋਕ ਸਭਾ ਦੇ ਵਿੱਚ NDA ਨੇ 293 ਸੀਟਾਂ ਜਿੱਤੀਆਂ ਅਤੇ ਭਾਜਪਾ ਜਿਸ ਨੇ ਪਿਛਲੀਆਂ 2 ਟਰਮਾਂ ਦੇ ਵਿੱਚ ਜ਼ਬਰਦਸਤ ਬਹੁਮਤ ਹਾਸਲ ਕੀਤਾ ਸੀ ਉਸ ਨੂੰ ਸਿਰਫ 240 ਸੀਟਾਂ ਮਿਲੀਆਂ ਜੋ ਸਰਕਾਰ ਬਣਾਉਣ ਲਈ ਲੋੜੀਂਦੇ 272 ਦੇ ਅੰਕੜੇ ਤੋਂ ਵੀ ਬਹੁਤ ਘੱਟ। ਪਰ ਇਸ ਸਭ ਦੇ ਚੱਲਦੇ ਚੰਦਰ ਬਾਬੂ ਨਾਇਡੂ ਦਾ ਪਰਿਵਾਰ ਲਗਭਗ ਬਹੁਤ ਅਮੀਰ ਹੋ ਗਿਆ ਜਦਕਿ ਅਜੇ ਤੱਕ ਉਹ CM ਵੀ ਨਹੀਂ ਬਣੇ ਨੇ। ਇਸ CM ਦੀ ਕੁਰਸੀ ਲੈਣ ਤੋਂ ਪਹਿਲਾਂ ਹੀ ਉਹਦਾ ਪਰਿਵਾਰ ਕਰੋੜਾਪਤੀ ਹੋ ਚੁੱਕਿਆ।